ਲਓ ਜੀ ਐਡਵੈਂਚਰ ਹੋ ਗਿਆ ਡੇਂਜਰਸ। ਗੱਡੀ ਸਾਡੀ ਪਲਟ ਗਈ, ਆਫ ਰੋਡਿੰਗ ਡੇਂਜਰਸ ਹੋ ਗਈ ਸੀਗੀ, ਬਟ ਸਵਰਕਿੰਗ ਅਗੇਨ ਐਂਡ ਵੀ ਆਰ ਔਨ ਵੇ ਬੈਕ। ਵੱਡੀ ਖਬਰ, ਪੰਜਾਬੀ ਗਾਇਕ ਸਿੱਪੀ ਗਿੱਲ ਨਾਲ ਜੁੜੀ ਹੋਈ ਹੈ। ਜੀ ਹਾਂ, ਪੰਜਾਬੀ ਗਾਇਕ ਸਿੱਪੀ ਗਿੱਲ ਭਿਆਨਕ ਹਾਦਸੇ ਦਾ ਸ਼ਿਕਾਰ ਹੋਏ ਨੇ। ਸਿੱਪੀ ਗਿੱਲ ਦੀ ਕਾਰ ਪਲਟ ਗਈ ਹੈ। ਹਾਦਸਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ 'ਚ ਵਾਪਰਿਆ, ਜਦੋਂ ਸਿੱਪੀ ਗਿੱਲ ਅਤੇ ਉਹਨਾਂ ਦਾ ਇੱਕ ਸਾਥੀ ਕੈਂਪਿੰਗ ਕਰਨ ਲਈ ਪਹਾੜਾਂ 'ਤੇ ਘੁੰਮਣ ਗਏ ਸੀ ਅਤੇ ਅਚਾਨਕ ਉਹਨਾਂ ਦੀ ਜੀਪ ਪਲਟ ਗਈ। ਜੀ ਹਾਂ, ਪੰਜਾਬੀ ਗਾਇਕ ਸਿੱਪੀ ਗਿੱਲ ਭਿਆਨਕ ਹਾਦਸੇ ਦਾ ਸ਼ਿਕਾਰ ਹੋਏ ਨੇ ਅਤੇ ਕੈਂਪਿੰਗ ਦੌਰਾਨ ਪਹਾੜਾਂ 'ਚ ਘੁੰਮਣ ਗਏ ਸਿੱਪੀ ਗਿੱਲ ਦੀ ਕਾਰ ਪਲਟ ਗਈ। ਹਾਲਾਂਕਿ ਇਸ ਦੌਰਾਨ ਸਿੱਪੀ ਗਿੱਲ ਅਤੇ ਉਹਨਾਂ ਦਾ ਸਾਥੀ ਬਾਲ ਬਾਲ ਬਚ ਗਏ, ਪਰ ਦੋਵਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ। ਲਓ ਜੀ, ਐਡਵੈਂਚਰ ਹੋ ਗਿਆ ਡੇਂਜਰਸ। ਗੱਡੀ ਸਾਡੀ ਪਲਟ ਗਈ, ਨਾ ਫੋਨ ਚੱਲਦੇ ਆ ਇੱਥੇ, ਨਾ ਕੁਛ ਹੋਰ ਆ। ਹੁਣ ਮਦਦ ਦੇਖਦੇ ਕਿੱਥੋਂ ਆਉਂਦੀ ਆ। ਇੱਕ ਗੱਲ ਹੁਣ ਮੈਂ ਅਗਲੀ ਇੱਕ ਸਿੱਖਿਆ ਦੇਣ ਲੱਗਾ ਵੀ ਜਦੋਂ ਵੀ ਆਫ ਰੋਡ ਜਾਂਦੇ ਹੋ ਨਿਊਟਰਲ ਨਹੀਂ ਕਰਨੀ ਗੱਡੀ। ਨਹੀਂ, ਗੱਡੀ ਨਿਊਟਰਲ ਦੀ ਨਹੀਂ ਗੱਲ, ਚਲਾਉਣੀ ਆਪਦੀ ਮਰਜ਼ੀ ਨਾਲ, ਆਪਦਾ ਕਹਿੰਦਾ ਜਾਣ ਦੇ ਜਾਣ ਦੇ ਜਾਣ ਦੇ। ਸੋ ਸਾਡੀ ਹੈਲਪ ਲਈ ਆਇਆ ਜੀ। ਥੈਂਕਸ ਅ ਲੋਟ ਬ੍ਰਦਰ। ਆਈ ਐਮ ਗਲੈਡ ਦੈਟ ਨੋਬਡੀ ਇਸ ਹਰਟ। ਯਾ। ਯੂ ਦਾ ਹਿਟ ਯੂ ਇਫ ਯੂ ਕੈਨ ਪੁੱਲ ਦਿਸ ਦਿਸ ਸਾਈਡ ਸ਼ਾਰਟ ਰਾਈਟ ਆਪ। ਉਹ ਹੈ ਮੈਂ ਵਾਈਪਰ ਕਿਉਂ ਚੱਲ ਰਿਹਾ, ਇਹਨੂੰ ਕੀ ਹੋ ਗਿਆ? ਬਾਈ ਟੁੱਟ ਗਈ ਆ ਸਾਰੇ ਪਾਸਿਓਂ। ਸਟਾਰਟ ਹੋ ਗਈ ਹੈ, ਮੈਂ ਸਿਰਫ ਇਹ ਦੇਖਣਾ ਵੀ ਜਿਹੜਾ ਇੱਥੇ ਤੇਲ ਲੀਕ ਹੋਇਆ ਬ੍ਰੇਕਾਂ ਦਾ ਨਹੀਂ ਹੈਗਾ। ਆਹਾ, ਜਿਹੜਾ ਹੋਇਆ ਇਹ ਇੰਜਨ ਆਇਲ ਆ, ਬ੍ਰੇਕ ਸਹੀ ਲੱਗ ਰਹੇ ਆ ਜਿਹਨਾਂ ਪਰ ਤੁਰਦੇ ਆ। ਲਓ ਜੀ, ਜੱਟੀ ਜੀਪ ਸਾਡੀ ਫੇਰ ਸਟਾਰਟ ਹੋ ਗਈ ਆ। ਆਫ ਰੋਡਿੰਗ ਡੇਂਜਰਸ ਹੋ ਗਈ ਸੀਗੀ, ਬਟ ਸਵਰਕਿੰਗ ਅਗੇਨ ਐਂਡ ਵੀ ਆਰ ਔਨ ਵੇ ਬੈਕ। ਅਜੇ ਸੱਚ ਬੈਕ ਨਹੀਂ, ਅਜੇ ਤਾਂ ਗਾਂਹੀ ਜਾਈ ਜਾਂਦੇ ਹਾਂ, ਹੁਣ ਮੁੜਾਂਗੇ ਤਾਂ ਰਾਤ ਨੂੰ ਹੀ। ਬਟ ਗੁੱਡ, ਇੰਜੋਏ ਯੋਰ ਲਾਈਫ। ਉਧਰ ਸਿੱਪੀ ਗਿੱਲ ਨੇ ਇਸ ਹਾਦਸੇ ਦੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹਨਾਂ ਨੇ ਲਿਖਿਆ ਕਿ ਇਹ ਵੀਡੀਓ ਕੈਨੇਡਾ ਬ੍ਰਿਟਿਸ਼ ਕੋਲੰਬੀਆ ਦੇ ਜੰਗਲਾਂ ਦੀ ਹੈ। ਮੈਂ ਅਤੇ ਮੇਰਾ ਸਾਥੀ ਸਤਵੀਰ ਆਫ ਰੋਡਿੰਗ ਲਈ ਨਿਕਲੇ ਸੀ, ਪਰ ਸਾਡੀ ਜੀਪ ਆਫ ਰੋਡਿੰਗ ਟਾਈਮ ਪਲਟ ਗਈ, ਜਿੱਥੇ ਕਿ ਇੱਕ ਗੋਰੇ ਵਿਅਕਤੀ ਨੇ ਆ ਕੇ ਸਾਡੀ ਹੈਲਪ ਕੀਤੀ। ਹਾਲਾਂਕਿ ਦੋਵਾਂ ਨੂੰ ਕੁਝ ਸੱਟਾਂ ਵੀ ਲੱਗੀਆਂ, ਪਰ ਬਾਅਦ 'ਚ ਜੀਪ ਨੂੰ ਸਟਾਰਟ ਕਰ ਲਿਆ ਗਿਆ। ਸਿੱਪੀ ਗਿੱਲ ਨੇ ਅੱਗੇ ਲਿਖਿਆ ਕਿ ਜੇ ਇਹ ਗੋਰਾ ਨਾ ਆਉਂਦਾ ਤਾਂ ਹੋ ਸਕਦਾ ਹੈ ਕਿ ਉਹਨਾਂ ਨੂੰ ਉੱਥੇ ਹੀ ਰਾਤ ਕੱਟਣੀ ਪੈਂਦੀ ਜਾਂ ਫਿਰ ਤੁਰ ਕੇ ਵਾਪਸ ਹੈਲਪ ਲਈ ਸ਼ਹਿਰ ਆਉਣਾ ਪੈਂਦਾ, ਜੋ ਕਿ ਪੋਸੀਬਲ ਨਹੀਂ ਸੀ। ਸਿੱਪੀ ਗਿੱਲ ਲਿਖਦੇ ਨੇ ਕਿ ਗੋਰਾ ਬਾਰ ਬਾਰ ਇੱਕੋ ਗੱਲ ਕਹਿੰਦਾ ਰਿਹਾ ਕਿ ਉਸ ਨੂੰ ਖੁਸ਼ੀ ਹੈ ਕਿ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ। ਸਿੱਪੀ ਗਿੱਲ ਨੇ ਮਦਦ ਲਈ ਆਏ ਗੋਰੇ ਵਿਅਕਤੀ ਦਾ ਧੰਨਵਾਦ ਵੀ ਕੀਤਾ। ਜੀ ਹਾਂ, ਇੱਕ ਵਾਰ ਫਿਰ ਤੋਂ ਦੱਸੀਏ ਕਿ ਪੰਜਾਬੀ ਗਾਇਕ ਸਿੱਪੀ ਗਿੱਲ ਭਿਆਨਕ ਹਾਦਸੇ ਦਾ ਸ਼ਿਕਾਰ ਹੋਏ ਨੇ। ਸਿੱਪੀ ਗਿੱਲ ਦੀ ਕਾਰ ਪਲਟ ਗਈ ਹੈ। ਹਾਦਸਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ 'ਚ ਵਾਪਰਿਆ, ਜਦੋਂ ਸਿੱਪੀ ਗਿੱਲ ਅਤੇ ਉਹਨਾਂ ਦਾ ਇੱਕ ਸਾਥੀ ਕੈਂਪਿੰਗ ਕਰਨ ਲਈ ਪਹਾੜਾਂ 'ਤੇ ਘੁੰਮਣ ਗਏ ਸੀ ਅਤੇ ਅਚਾਨਕ ਉਹਨਾਂ ਦੀ ਜੀਪ ਪਲਟ ਗਈ। ਹਾਲਾਂਕਿ ਹਾਦਸੇ ਦੌਰਾਨ ਦੋਵੇਂ ਬਾਲ ਬਾਲ ਬਚ ਗਏ, ਪਰ ਦੋਵਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਸਿੱਪੀ ਗਿੱਲ ਇਸ ਵੀਡੀਓ 'ਚ ਕਹਿੰਦੇ ਸੁਣਾਈ ਦਿੱਤੇ ਕਿ ਕਦੇ ਵੀ ਕਿਸੇ ਦੀ ਚੱਕ ਚਾ ਕੇ ਗੱਡੀ ਨੂੰ ਤੇਜ਼ ਨਾ ਚਲਾਓ ਅਤੇ ਆਪਣੀ ਮਰਜ਼ੀ ਨਾਲ ਹੀ ਡਰਾਈਵ ਕਰੋ। ਹਾਲਾਂਕਿ ਬਾਅਦ 'ਚ ਕਾਰ ਨੂੰ ਗੋਰੇ ਵਿਅਕਤੀ ਦੀ ਮਦਦ ਨਾਲ ਸਿੱਧਾ ਕੀਤਾ ਗਿਆ ਅਤੇ ਉਸ ਨੂੰ ਸਟਾਰਟ ਕਰ ਲਿਆ ਗਿਆ, ਜਿਸ ਦੀ ਕਿ ਵੀਡੀਓ ਸਿੱਪੀ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸ਼ੇਅਰ ਕੀਤੀ ਹੈ। ਫਿਲਹਾਲ ਗਨੀਮਤ ਰਹੀ ਕਿ ਸਿੱਪੀ ਗਿੱਲ ਅਤੇ ਉਸ ਦਾ ਸਾਥੀ ਇਸ ਭਿਆਨਕ ਹਾਦਸੇ 'ਚ ਬਾਲ ਬਾਲ ਬਚ ਗਏ। ਬਿਊਰੋ ਰਿਪੋਰਟ, ਸੈਂਟਰਲ ਪੰਜਾਬ ਟੀਵੀ।